ਦੇਖੋ ਸਤਿਗੁਰ ਕੈਸਾ ਹੈ ਕਿ ਜਿਸ ਤਰ੍ਹਾਂ ਸੁਵੰਜਨ, ਸੁਵੰਜਨ ਦਾ ਮਤਲਬ ਹੁੰਦਾ ਇੱਕ ਸਿੱਧ ਸੁਰਮਾ। ਸਿੱਧ ਸੁਰਮਾ ਕਿਹਨਾਂ ਕੋਲੇ ਹੁੰਦਾ? ਜਿਹੜੇ ਹਿਮਾਲੇ ਵਿੱਚ ਬੈਠੇ ਨੇ, ਸਿੱਧ ਨੇ ਜਿਹੜੇ ਸਿਮਰਨ ਕਰਦੇ। ਆਪਾਂ ਕਹਿੰਦੇ ਹਾਂ ਨਾ, ਉਹ ਸੰਤ ਨੇ ਬੜੀ ਦੂਰ ਦੇਖ ਲਿਆ ਜੀ। ਸਾਧਕ ਸਿੱਧ ਸੁਜਾਨ, ਉੱਥੇ ਜਿਹੜੇ ਬੈਠੇ ਲੋਕ ਨੇ ਜਿਹੜੇ ਸਿੱਧ ਨੇ, ਉਹ ਆਪਣੀ ਦ੍ਰਿਸ਼ਟੀ ਦੇ ਨਾਲ ਇੱਕ ਜਗ੍ਹਾ ਤੋਂ ਬੈਠ ਕੇ ਪਹਾੜ ਦੇ ਦੂਜੇ ਪਾਸੇ ਵੇਖ ਲੈਂਦੇ ਨੇ, ਪਤਾਲ ਵਿੱਚ ਵੇਖ ਲੈਂਦੇ ਨੇ, ਆਕਾਸ਼ ਦੇ ਉੱਪਰ ਦੇਖ ਲੈਂਦੇ ਨੇ, ਸੂਰਜ ਕਿੱਥੋਂ ਚੜ੍ਹਦਾ ਉਹ ਜਗ੍ਹਾ ਵੇਖ ਲੈਂਦੇ, ਦੇਵਤਿਆਂ ਦਾ ਲੋਕ ਵੇਖ ਲੈਂਦੇ ਨੇ, ਜਿੱਥੇ ਬ੍ਰਹਮਾ ਵਸਦੇ ਨੇ ਬ੍ਰਹਮ ਲੋਕ ਵੇਖ ਲੈਂਦੇ ਨੇ। ਗੋਸਵਾਮੀ ਜੀ ਕਹਿੰਦੇ ਉਹਨਾਂ ਕੋਲ ਇੱਕ ਅੰਜਨ ਹੈ, ਇੱਕ ਸਿੱਧ ਅੰਜਨ ਹੈ, ਉਹ ਸੁਰਮਾ ਉਹਨਾਂ ਨੇ ਆਪਣੀ ਸਾਧਨਾ ਨਾਲ ਬਣਾਇਆ। ਬੰਦਾ ਤਾਂ ਆਪਣੀ ਕਮਾਈ ਨਾਲ ਇੱਕ ਘਰ ਹੀ ਬਣਾਉਂਦਾ ਹੈ, ਤੇ ਅੱਜ ਕੱਲ੍ਹ ਤਾਂ ਉਹ ਘਰ ਛੱਡ ਕੇ ਵੀ ਬੰਦਾ ਕਿੱਧਰ ਨੂੰ ਤੁਰ ਪੈਂਦਾ? ਕੋਈ ਵਿਦੇਸ਼ਾਂ ਨੂੰ ਜਾ ਰਿਹਾ, ਕੋਈ ਸ਼ਹਿਰਾਂ ਨੂੰ ਜਾ ਰਿਹਾ, ਕੋਈ ਅਲੱਗ ਅਲੱਗ ਜਗ੍ਹਾ ਜਾ ਰਿਹਾ, ਲੇਕਿਨ ਉਹ ਸਿੱਧ ਅੰਜਨ। ਗੋਸਵਾਮੀ ਜੀ ਕਹਿੰਦੇ ਇੱਕ ਐਸਾ ਸੁਰਮਾ ਹੈ, ਜਿਹੜਾ ਸੁਰਮਾ ਉਹ ਬਣਾਉਂਦੇ ਨੇ ਤੇ ਉਹ ਸੁਰਮਾ ਉਹਨਾਂ ਦੀ ਦ੍ਰਿਸ਼ਟੀ ਨੂੰ ਦਿਵਯ ਬਣਾ ਦਿੰਦਾ। ਲੇਕਿਨ ਗੋਸਵਾਮੀ ਜੀ ਕਹਿੰਦੇ ਬੰਦਿਆ ਹਿਮਾਲੇ ਦਰ ਤੋਂ ਜਾਇਆ ਨਹੀਂ ਜਾਣਾ। ਅੱਛਾ, ਕਿੰਨੇ ਲੋਕ ਨੇ ਜਿਨ੍ਹਾਂ ਨੇ ਗੰਗੋਤਰੀ ਦੇ ਦਰਸ਼ਨ ਕੀਤੇ ਨੇ? ਤੁਹਾਡੇ ਜੋ ਹੈ ਕੋਈ ਐਸਾ ਜਿਹੜਾ ਗੰਗੋਤਰੀ ਗਿਆ? ਨਹੀਂ ਗਏ ਨਾ। ਇਹ ਸਾਧੂਆਂ ਨੂੰ ਅੱਜ ਤੋਂ 500 ਸਾਲ ਪਹਿਲਾਂ ਪਤਾ ਸੀ ਵੀ ਬਥੇਰੇ ਐਸੇ ਆ ਜਿਹਨਾਂ ਤੋਂ ਜਾਇਆ ਨਹੀਂ ਜਾਣਾ। ਹੁਣ ਹਿਮਾਲੇ ਤੇਰੇ ਤੋਂ ਜਾਇਆ ਨਹੀਂ ਜਾਣਾ, ਸਾਧਨਾ ਤੇਰੇ ਤੋਂ, ਹਾਂਜੀ, ਸਿਮਰਨ ਤੇਰੇ ਤੋਂ ਕੀਤਾ ਕਿ ਕਰ ਲੈਂਦੇ ਹੋ? ਉਹ ਬਾਬਾ ਮਾਲਾ ਹੱਥ ਚ ਹੋਵੇ ਨਾ, ਪਹਿਲਾਂ ਚਾਹ ਚੇਤੇ ਆ ਜਾਂਦੀ ਹੈ, ਦੋ ਘੁੱਟ ਪੀ ਲਈਏ ਫਿਰ ਹੀ ਕਰਾਂਗੇ। ਬੰਦਾ ਤਾਂ ਐਸਾ ਕਹਿੰਦੇ ਮੰਦਰ ਗੁਰਦੁਆਰੇ ਜਾਣ ਲੱਗੇ ਸੋਚਾਂ ਚ ਪੈ ਜਾਂਦਾ ਵੀ ਗਲਾਸ ਚਾਹ ਦਾ ਪੀ ਲਈਏ ਫਿਰ ਹੀ ਤੁਰਾਂਗੇ, ਔਰ ਗੁਰਦੁਆਰੇ ਬੈਠਾ ਵੀ ਸੋਚੀ ਜਾਂਦਾ ਹੁੰਦਾ ਵੀ ਭੋਗ ਕਦੋਂ ਪੈਣਾ। ਨਿਗਾਹ ਕਿੱਥੇ ਹੈ? ਨਜ਼ਰ ਬੰਦੇ ਦੀ ਪ੍ਰਸ਼ਾਦ ਵਿੱਚ ਫਿਰਦੀ ਹੈ, ਤੇ ਜਦੋਂ ਪ੍ਰਸ਼ਾਦ ਦੇਣ ਵਾਲੇ ਆਉਂਦੇ ਆ ਨਾ ਮੇਰੇ ਵਰਗੇ, ਵਾਹਵਾ ਪਾਤੀ ਡੇਢ ਘੰਟਾ ਹੋ ਗਿਆ ਬੈਠਿਆਂ ਨੂੰ ਕਿ ਭੋਗ ਵਾਹਵਾ ਦੇ ਦੀ ਹੈ ਨਾ। ਤਾਂ ਸੰਤਾਂ ਨੂੰ ਪਤਾ ਸੀ ਕਿ ਬੰਦੇ ਤੋਂ ਹਿਮਾਲੇ ਨਹੀਂ ਜਾਇਆ ਜਾਣਾ। ਆਖਰੀ ਗੱਲ ਕਰ ਰਹੇ ਹਾਂ ਅੱਜ ਦੇ ਸਮੇਂ ਦੀ, ਜੋ ਅੱਜ ਦਾ ਦਿਨ ਹੈ, ਜਿਹੜੇ ਦਿਨ ਨੂੰ ਲੈ ਕੇ ਆਪਾਂ ਅੱਜ ਬੈਠੇ ਹਾਂ, ਜਿਸ ਦੀਆਂ ਗੱਲਾਂ ਕਰ ਰਹੇ ਹਾਂ, ਜਿਸ ਸਤਿਗੁਰ ਦੀ ਮਹਾਨਤਾ ਦੀਆਂ ਗੱਲਾਂ ਕਰ ਰਹੇ ਹਾਂ, ਗੋਸਵਾਮੀ ਜੀ ਕੀ ਕਹਿੰਦੇ? ਬੰਦਿਆ ਤੇਰੇ ਤੋਂ ਜਾਇਆ ਨਹੀਂ ਜਾਣਾ। ਲੇਕਿਨ ਜਿਹੜੇ ਸਿੱਧ ਨੇ ਸੁਰਮਾ ਬਣਾ ਕੇ ਰੱਖਦੇ ਨੇ, ਅੱਖਾਂ ਨੂੰ ਲਾਉਂਦੇ ਨੇ, ਦ੍ਰਿਸ਼ਟੀ ਉਹਨਾਂ ਦੀ ਦਿਵਯ ਹੋ ਜਾਂਦੀ ਹੈ। ਔਰ ਤੂੰ ਕੀ ਕਰ? ਸਤਿਗੁਰ ਦੇ ਜਿਹੜੇ ਚਰਨ ਨੇ, ਉਹਨਾਂ ਚਰਨਾਂ ਦੀ ਜਿਹੜੀ ਧੂੜ ਹੈ, ਉਸ ਧੂੜ ਨੂੰ ਆਪਣੇ ਮਸਤਕ ਤੇ ਲਾਉਣ ਦੀ ਆਦਤ ਪਾ। ਗੋਸਵਾਮੀ ਜੀ ਕਹਿੰਦੇ ਸਿੱਧ ਜਿਹੜੇ ਨੇ, ਉਹ ਤਾਂ ਹਿਮਾਲੇ ਵਿੱਚ ਜਾ ਕੇ ਬੰਦਗੀ ਕਰਕੇ ਸਿੱਧ ਬਣਦੇ ਨੇ, ਔਰ ਉਹ ਸਿੱਧ ਕਰਕੇ ਇੱਕ ਸੁਰਮਾ ਬਣਾਉਂਦੇ ਨੇ, ਫਿਰ ਉਹਨਾਂ ਦੀ ਦ੍ਰਿਸ਼ਟੀ ਨੂੰ ਰੱਬ ਦਿਖਾਈ ਦਿੰਦਾ। ਕਹਿੰਦੇ ਤੂੰ ਸਤਿਗੁਰਾਂ ਦੇ ਚਰਨਾਂ ਦੀ ਧੂੜ ਨੂੰ ਮੱਥੇ ਤੇ ਲਾ ਲਾ, ਉਹ ਤੈਨੂੰ ਘਰੇ ਬੈਠੇ ਰੱਬ ਦੇ ਦੀਦਾਰ ਹੋ ਜਾਣਗੇ, ਤੈਨੂੰ ਘਰ ਬੈਠੇ ਰੱਬ ਦੇ ਦਰਸ਼ਨ ਹੋ ਜਾਣਗੇ। ਪਰ ਸਤਿਗੁਰ ਦੇ ਚਰਨਾਂ ਦੀ ਧੂੜ ਨੂੰ ਮਸਤਕ ਤੇ ਉਹ ਲਾਉਂਦਾ ਜਿਹਨੂੰ ਗੁਰੂ ਨਾਲ ਪਿਆਰ।
ਸਤਿਗੁਰੂ ਭਗਵਾਨ ਕੀ ਜੈ। ਪਿਆਰੀ ਸੰਗਤ, ਅੱਜ ਦਾ ਜਿਹੜਾ ਦਿਨ ਹੈ, ਤੋ ਅੱਜ ਦੇ ਦਿਨ ਦੇ ਵਿੱਚ ਸਾਰੀ ਦੁਨੀਆ, ਸਾਰਾ ਸੰਸਾਰ ਸਤਿਗੁਰ ਦੀ ਪੂਜਾ ਕਰਦਾ ਹੈ, ਗੁਰੂ ਦੀ ਪੂਜਾ ਕਰਦਾ ਹੈ। ਇਹ ਗੁਰੂ ਦਾ ਦਰਬਾਰ ਹੈ ਜਿੱਥੇ ਬੈਠੇ ਹੋ। ਔਰ ਸਾਡੇ ਗੁਰਦੇਵ ਰਾਮ ਭਗਤ ਸਨ, ਰਾਮ 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 ਕਰਦੇ ਰਹਿੰਦੇ ਸਨ। ਤੋ ਰਾਮ ਨਾਮ ਜਪ ਕੇ ਬਾਣੀ ਨੂੰ ਵਿਰਾਮ ਦੇਵਾਂਗੇ। ਇੱਕ ਭਜਨ ਸਾਡੀਆਂ ਭੈਣਾਂ ਤੋਂ ਸੁਣ ਲਓ, ਉਸ ਤੋਂ ਬਾਅਦ ਫਿਰ ਇੱਕ ਛੋਟਾ ਜਿਹਾ ਭਜਨ, ਫਿਰ ਆਰਤੀ ਔਰ ਫਿਰ ਵਿਰਾਮ। ਸ਼੍ਰੀ ਰਾਮ ਜੈ ਰਾਮ। ਕਿਉਂਕਿ ਅੱਜ ਦੇ ਦਿਨ ਕਿਸੇ ਦੀ ਭਾਵਨਾ ਨੂੰ ਠੋਕਰਨਾ ਨਹੀਂ ਚਾਹੀਦਾ, ਜੋ ਜਿਸ ਦੀ ਭਾਵਨਾ ਭਾਈ ਪੂਰੀਆਂ ਕਰੋ। ਹਾਂ, ਤੁਹਾਡੇ ਚੋਂ ਵੀ ਕਿਸੇ ਨੇ ਗਾਉਣਾ ਤਾਂ ਦੱਸ ਦਿਓ। ਸਤਿਗੁਰੂ ਭਗਵਾਨ ਕੀ, ਸਾਰੇ ਰਲ ਮਿਲ ਕੇ ਗਾ ਲੈਣਗੇ ਭਜਨ। ਮਾਈਕ ਦੇ ਦਿਓ। ਆਓ ਜੀ ਆਓ, ਉਦੋਂ ਤੱਕ ਸੈਟਿੰਗ ਹੁੰਦੀ ਹੈ ਨਾ। ਆਓ ਜੀ ਆਓ, ਰਲ ਮਿਲ ਆਓ, ਸਭ ਨੂੰ ਲਿਆਓ, ਖੁਸ਼ੀ ਮਨਾਓ, ਆਓ ਨਾਮ ਜਪੀਏ, ਆਓ ਜੀ ਸਤਸੰਗ ਕਰੀਏ, ਆਓ ਜੀ ਸਤਸੰਗ ਕਰੀਏ, ਆਓ ਜੀ ਨਾਮ ਜਪੀਏ, ਰੱਬ ਦਾ ਹੀਰੇ ਮੋਤੀ ਭਾਗਾਂ ਵਾਲੇ ਪਾਉਂਦੇ, ਨਾਮ ਰੱਬ ਦਾ ਹੀਰੇ ਮੋਤੀ ਭਾਗਾਂ ਵਾਲੇ ਪਾਉਂਦੇ, ਮਨ ਲਾ ਕੇ ਜੋ ਸਤਸੰਗ ਸੁਣਦੇ, ਮੰਗੀਆਂ ਮੁਰਾਦਾਂ ਪਾਉਂਦੇ, ਆਓ ਨਾਮ ਜਪੀਏ, ਆਓ ਜੀ ਸਤਸੰਗ ਕਰੀਏ, ਰਲ ਮਿਲ ਆਓ, ਸਭ ਮਿਲ ਆਓ, ਖੁਸ਼ੀ ਮਨਾਓ, ਆਓ ਨਾਮ ਜਪੀਏ, ਆਓ ਜੀ ਸਤਸੰਗ ਕਰੀਏ, ਆਓ ਜੀ ਸਤਸੰਗ ਕਰੀਏ। ਸਤਸੰਗ ਕੈਸਾ ਹੈ? ਨਿੰਦਾ ਚੁਗਲੀ ਨਾ ਕੋਈ ਹੋਵੇ, ਨਾ ਕੋਈ ਹੋਵੇ ਬੁਰਾਈ, ਨਿੰਦਾ ਚੁਗਲੀ ਨਾ ਕੋਈ ਹੋਵੇ ਬੁਰਾਈ, ਰਾਧੇ ਰਾਧੇ ਕ੍ਰਿਸ਼ਨ ਕ੍ਰਿਸ਼ਨ ਗਾਲੋ ਮੇਰੇ ਭਾਈ, ਆਓ ਨਾਮ ਜਪੀਏ, ਆਓ ਜੀ ਸਤਸੰਗ ਕਰੀਏ, ਰਲ ਮਿਲ ਆਓ, ਸਭ ਨੂੰ ਲਿਆਓ, ਖੁਸ਼ੀ ਮਨਾਓ, ਆਓ ਨਾਮ ਜਪੀਏ, ਆਓ ਜੀ ਸਤਸੰਗ ਕਰੀਏ, ਆਓ ਜੀ ਸਤਸੰਗ ਕਰੀਏ, ਆਓ ਜੀ ਨਾਮ
ਰੱਬ ਦੇ ਪਿਆਰੇ ਬੜੇ ਪ੍ਰੇਮ ਨਾਲ ਪੈਂਦੇ, ਸਤਸੰਗ ਦੇ ਵਿੱਚ ਰੱਬ ਦੇ ਪਿਆਰੇ ਬੜੇ ਪ੍ਰੇਮ ਨਾਲ ਪੈਂਦੇ। ਸ਼ਰਧਾ ਭਗਤੀ ਗਿਆਨ ਧਿਆਨ ਨਾਲ ਜਨਮ ਸਫਲ ਕਰ ਲੈਂਦੇ, ਆਓ ਨਾਮ ਜਪੀਏ ਆਓ ਜੀ ਸਤਸੰਗ ਕਰੀਏ। ਸਭ ਨੂੰ ਲਿਆਓ ਖੁਸ਼ੀ ਮਨਾਓ, ਆਓ ਨਾਮ ਜਪੀਏ ਆਓ ਜੀ ਸਤਸੰਗ ਕਰੀਏ। ਅੱਛਾ ਇੱਕ ਗੱਲ ਪੁੱਛ ਲਵਾਂ ਜੀ, ਜੀ ਲੱਗਿਆ? ਹਾਂਜੀ ਲੱਗਿਆ ਨਾ, ਘਰੇ ਜਾ ਕੇ ਇੰਨਾ ਤਾਂ ਕਹੋਗੇ ਵੀ ਜੀ ਲੱਗਿਆ? ਆਹ ਕਿਆ ਬਾਤ, ਇੰਨਾ ਤਾਂ ਕਹੋਗੇ ਘਰੇ ਜਾ ਕੇ ਜੀ ਲੱਗਿਆ ਸੀ ਉੱਥੇ, ਹੈਂ ਕਿਆ ਬਾਤ। ਓ ਰਾਮ ਨਾਮ ਦੀ ਇਹ ਲੀਲਾ ਜਗ ਵਿੱਚ ਬੜੀ ਨਿਰਾਲੀ, ਗੁਰੂ ਨਾਮ ਦੀ ਇਹ ਲੀਲਾ ਜਗ ਵਿੱਚ ਬੜੀ ਨਿਰਾਲੀ। ਖੁਸ਼ੀਆਂ ਖੇੜੇ ਰਹਿਮਤਾਂ ਵੰਡਦੀ ਪਰਦੀ ਝੋਲੀਆਂ ਖਾਲੀ, ਆਓ ਨਾਮ ਜਪੀਏ ਆਓ ਜੀ ਸਤਸੰਗ ਕਰੀਏ। ਰਲ ਮਿਲ ਆਓ ਸਭ ਨੂੰ ਲਿਆਓ ਖੁਸ਼ੀ ਮਨਾਓ, ਆਓ ਨਾਮ ਜਪੀਏ ਆਓ ਜੀ ਸਤਸੰਗ ਕਰੀਏ, ਆਓ ਜੀ ਨਾਮ ਜਪੀਏ ਆਓ ਜੀ ਸਤਸੰਗ ਕਰੀਏ। ਰਾਮ ਹੈ ਹੋ ਕੇ ਦਿੰਦਾ ਸੁੱਤੇ ਪਾਗ ਜਗਾ ਲੋ, ਰਮ ਤੇ ਰਾਮ ਹੈ ਹੋ ਕੇ ਦਿੰਦਾ ਸੁੱਤੇ ਪਾਗ ਜਗਾ ਲੋ। ਓ ਸਤਿਗੁਰ ਮੇਰਾ ਹੋ ਕੇ ਦਿੰਦਾ ਸੁੱਤੇ ਪਾਗ ਜਗਾ ਲੋ, ਸਤਿਗੁਰ ਮੇਰਾ ਹੋ ਕੇ ਦਿੰਦਾ ਸੁੱਤੇ ਪਾਗ ਜਗਾ ਲੋ। ਜਗ ਆਪਣਾ ਕੇ ਵੇਖ ਲਿਆ ਹੁਣ ਰੱਬ ਨੂੰ ਆਪਣਾ ਬਣਾ ਲੋ, ਆਓ ਨਾਮ ਜਪੀਏ ਆਓ ਜੀ ਸਤਸੰਗ ਕਰੀਏ, ਆਓ ਜੀ ਨਾਮ ਜਪੀਏ ਆਓ ਜੀ ਸਤਸੰਗ ਕਰੀਏ। ਆਓ ਜੀ ਆਓ ਰਲ ਮਿਲ ਆਓ ਸਭ ਨੂੰ ਲਿਆਓ ਖੁਸ਼ੀ ਮਨਾਓ, ਆਓ ਨਾਮ ਜਪੀਏ ਆਓ ਜੀ ਸਤਸੰਗ ਕਰੀਏ ਆਓ ਜੀ ਨਾਮ ਜਪੀਏ।